ਸਤਿ ਸ਼੍ਰੀ ਅਕਾਲ ਜੀ ਸਾਰੇ ਕਿਸਾਨ ਵੀਰਾਂ ਨੂੰ YouTube ਫਾਰਮਰ ਚੈਨਲ ਤੇ ਸਵਾਗਤ ਹੈ ਤੁਹਾਡਾ ਸਭ ਦਾ। ਸੋ ਅੱਜ ਬਾਸਮਤੀਆਂ ਦੇ ਵਿੱਚ 1509 ਦੇ ਫਸਲ ਦੇ ਰੇਟ ਲੈ ਕੇ ਹਾਜ਼ਰ ਹਾਂ ਕਿ ਇਸ ਸਾਲ 2023 ਦੇ ਵਿੱਚ ਸਤੰਬਰ ਮਹੀਨੇ ਦਾ ਪਹਿਲਾ ਹਫ਼ਤਾ ਲਗਭਗ ਨਿਕਲ ਹੀ ਚੁੱਕਿਆ ਹੈ ਅਤੇ ਗੱਲ ਕਰਾਂਗੇ ਕਿ 5-6 ਸਤੰਬਰ ਤੋਂ ਬਾਅਦ ਕੀ ਰੇਟ ਨੇ ਬਾਸਮਤੀ ਦੇ, ਪਿਛਲੇ ਦਿਨਾਂ ਵਿੱਚ ਕੀ ਸੌਦੇ ਹੋਏ ਨੇ ਅਤੇ ਆਉਂਦੇ ਦਿਨਾਂ ਵਿੱਚ ਕੀ ਰਿਪੋਰਟ ਰਹਿ ਸਕਦੀ ਹੈ, ਕਿੰਨਾ ਕੁ ਭਾਅ ਸਥਿਰ ਰਹਿ ਸਕਦਾ ਹੈ। ਪੰਜਾਬ ਦੇ ਵਿੱਚ 1509 ਦੀ ਜਿਹੜੀ ਨਵੀਂ ਫਸਲ ਆ ਉਹ ਆਉਣੀ ਸ਼ੁਰੂ ਹੋ ਗਈ ਹੈ। ਕੁਝ ਜੰਡਿਆਲਾ ਗੁਰੂ ਮੰਡੀ ਦੀ ਗੱਲ ਕਰੀਏ ਤਾਂ ਉਸ ਇਲਾਕੇ ਦੇ ਵਿੱਚ ਵੀ ਫਸਲ ਆਈ ਹੈ ਜਿਹਦੇ ਵਿੱਚ ਲਗਭਗ 2200-2500 ਬੋਰੀ ਹੈ ਨਵੀਂ ਆਈ ਹੈ ਅਤੇ ਜਿਹਦਾ ਰੇਟ ਲੱਗਿਆ ਹੈ ਕੰਬਾਈਨ ਨਾਲ ਕੱਟੀ ਹੋਈ ਸੀ 3300 ਤੋਂ ਲੈ ਕੇ 3650 ਰੁਪਏ ਦੇ ਆਸ ਪਾਸ ਪ੍ਰਤੀ ਕੁਇੰਟਲ ਤੱਕ ਵਿਕੀ ਹੈ। ਘੱਟ ਰੇਟ ਲੱਗਦਾ ਜਦੋਂ ਫਸਲ ਥੋੜ੍ਹੀ ਜਿਹੀ ਨਰਮ ਆ ਜਾਂਦੀ ਹੈ, ਹਰਾ ਦਾਣਾ ਜ਼ਿਆਦਾ ਹੁੰਦਾ ਹੈ ਤਾਂ ਉਹ ਥੋੜ੍ਹੀ ਜਿਹੀ ਘੱਟ ਰੇਟ 'ਤੇ ਵਿਕਦੀ ਹੈ, ਪਰ ਸੁੱਕੀ ਟੋਪ ਕੁਆਲਿਟੀ ਦੀ ਫਸਲ 3600 ਤੋਂ ਲੈ ਕੇ 3700 ਤੱਕ ਵਿਕ ਰਹੀ ਹੈ। ਅਤੇ ਉੱਥੇ ਹੀ ਨਾਲ ਹੀ ਅੰਮ੍ਰਿਤਸਰ ਅਤੇ ਤਰਨਤਾਰਨ ਸਾਹਿਬ ਮੰਡੀ ਦੇ ਵਿੱਚ ਵੀ ਗੱਲ ਕਰੀਏ ਇਸ ਫਸਲ ਦੀ ਨਵੀਂ ਜਿਹੜੀ ਆਵਕ ਆਈ ਹੈ ਉਹਦੇ ਚੱਲਦੇ ਰੇਟ ਟੋਪ ਕੁਆਲਿਟੀ ਦਾ ਤੁਹਾਨੂੰ ਦੱਸੀਏ 3760 ਰੁਪਏ ਪ੍ਰਤੀ ਕੁਇੰਟਲ ਤੱਕ ਵਿਕਿਆ ਹੈ। ਜਿਹੜਾ ਘੱਟੋ ਘੱਟ ਰੇਟ ਹੈ 3400 ਅਤੇ ਵੱਧ ਤੋਂ ਵੱਧ 3760 ਰੁਪਏ। ਜਿਹੜੀ ਜਮ੍ਹਾਂ ਸੁੱਕੀ ਫਸਲ ਹੈ, ਟੋਪ ਕੁਆਲਿਟੀ, ਦਾਣਾ ਟੁੱਟਿਆ ਨਹੀਂ ਹੋਇਆ, ਕੰਬਾਈਨ ਦੀ ਕੱਟੀ ਹੋਈ ਫਸਲ ਵਧੀਆ ਹੈ, ਉਹ 3760 ਰੁਪਏ ਪ੍ਰਤੀ ਕੁਇੰਟਲ ਤੱਕ ਵਿਕੀ ਹੈ, ਜਿਹੜੀ ਕਿ ਪਿਛਲੇ ਲਗਭਗ 2-3 ਹਫ਼ਤਿਆਂ ਤੋਂ ਰੇਟ ਦੇ ਵਿੱਚ 200-300 ਰੁਪਏ ਦੀ ਤੇਜ਼ੀ ਦੇਖਣ ਨੂੰ ਮਿਲੀ ਹੈ। ਅਤੇ ਉੱਥੇ ਹੀ ਹਰਿਆਣੇ ਦੀਆਂ ਮੰਡੀਆਂ ਦੀ ਗੱਲ ਕਰੀਏ ਤਾਂ ਹਰਿਆਣੇ ਦੇ ਵਿੱਚ 3300 ਤੋਂ ਲੈ ਕੇ ਲਗਭਗ 3650 ਰੁਪਏ ਦੇ ਆਸ ਪਾਸ ਤੱਕ ਜਿਹੜੀ ਬਾਸਮਤੀ 1509 ਉਹ ਵਿਕ ਰਹੀ ਹੈ। ਅਤੇ ਗੱਲ ਕਰੀਏ ਆਉਂਦੇ ਦਿਨਾਂ ਦੇ ਵਿੱਚ ਕੀ ਰੇਟ ਰਹਿ ਸਕਦਾ, ਫਿਲਹਾਲ ਹਲੇ ਆਉਂਦੇ 10-15 ਦਿਨਾਂ ਦੇ ਵਿੱਚ ਥੋੜ੍ਹੀ ਬਹੁਤ ਤੇਜ਼ੀ ਆਉਣ ਦੇ ਹੀ ਚਾਂਸ ਬਣੇ ਹੋਏ ਨੇ। ਹੋ ਸਕਦਾ ਕਿ 200-300 ਰੁਪਏ ਦੇ ਆਸ ਪਾਸ ਹੋਰ ਰੇਟ ਵੱਧ ਸਕਦੇ ਨੇ। ਹੋ ਸਕਦਾ ਹੈ ਕਿ ਇਸ ਵਾਰ ਕੁਝ ਕਿਸਾਨਾਂ ਨੂੰ 4000 ਰੁਪਏ ਤੱਕ ਦਾ ਵੀ ਪ੍ਰਤੀ ਕੁਇੰਟਲ ਦੇ ਹਿਸਾਬ ਨਾਲ ਰੇਟ ਨੂੰ ਹੱਥ ਲੱਗ ਸਕਦਾ ਹੈ। ਹਾਲੇ ਫਿਲਹਾਲ ਬਹੁਤ ਵੱਡੀ ਮਾਤਰਾ ਦੇ ਵਿੱਚ ਬਾਸਮਤੀ ਨਹੀਂ ਆਈ ਹੈ, ਪਰ ਜਦੋਂ ਜ਼ਿਆਦਾ ਪੱਧਰ 'ਤੇ ਬਾਸਮਤੀ ਆਵੇਗੀ ਤਾਂ ਥੋੜ੍ਹੀ ਬਹੁਤ ਗਿਰਾਵਟ ਆਉਣ ਦੇ ਚਾਂਸ ਬਣਨਗੇ, ਪਰ ਫਿਰ ਵੀ ਰੇਟ ਇੰਨਾ ਬਣਿਆ ਰਹੂਗੀ, ਕਿਸਾਨਾਂ ਨੂੰ ਚੰਗਾ ਲਾਹਾ ਮਿਲਦਾ ਰਹੇਗਾ। ਅਤੇ ਉੱਥੇ ਗੱਲ ਕਰੀਏ ਹੁਣ 11, 21, 17, 18 ਦੀ, ਤਾਂ ਇਹਨਾਂ ਫਸਲਾਂ ਦੀ ਨਵੀਂ ਜਿਹੜੀ ਆਵਕ ਆ ਉਹ ਮੰਡੀਆਂ ਵਿੱਚ ਆਉਣੀ ਫਿਲਹਾਲ ਹਾਲੇ ਸ਼ੁਰੂ ਨਹੀਂ ਹੋਈ ਹੈ। ਅਤੇ ਕੁਝ ਪੁਰਾਣੀਆਂ ਜਿਹੜੀਆਂ ਕਹਿ ਦਈਏ ਵੀ 1500 ਆਪਣੇ 11, 21 ਉਹ ਮੰਡੀਆਂ ਵਿੱਚ ਆ ਰਹੀ ਹੈ, ਜਿਹਦਾ ਰੇਟ ਲਗਭਗ 4200 ਤੋਂ ਲੈ ਕੇ 4400-4500 ਰੁਪਏ ਪ੍ਰਤੀ ਕੁਇੰਟਲ ਤੱਕ ਲੱਗ ਰਿਹਾ ਹੈ। ਅਤੇ ਬਾਕੀ ਅਗਲੇ ਦਿਨਾਂ ਦੇ ਵਿੱਚ ਜਿਵੇਂ ਵੀ ਤਾਜ਼ਾ ਰਿਪੋਰਟ ਮਿਲਦੀ ਰਹੇਗੀ ਮੰਡੀ ਭਾਅ ਦੀ, ਤੁਹਾਡੇ ਨਾਲ ਸਮੇਂ ਸਮੇਂ 'ਤੇ ਸਾਂਝੀ ਕਰਦੇ ਰਹਾਂਗੇ। ਸੋ ਚੈਨਲ YouTube ਫਾਰਮਰ ਨੂੰ ਸਬਸਕ੍ਰਾਈਬ ਕਰਕੇ ਚੈਨਲ ਨਾਲ ਬਣੇ ਰਹੋ।